ਅੰਮ੍ਰਿਤਸਰ ਦੇ ਹਾਲ ਗੇਟ ਦੀ ਕੋਤਵਾਲੀ ਨਜ਼ਦੀਕ ਮੈਨ ਬਾਜ਼ਾਰ ਵਿਖੇ ਉਸ ਵੇਲੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਅੰਮ੍ਰਿਤਸਰ ਦੇ 150 ਸਾਲ ਪੁਰਾਣੀ ਮਸਜਿਦ ਜਾਨ ਮੁਹੰਮਦ ਬਿਲਡਿੰਗ ਦੀ 60 ਫੁੱਟ ਦੇ ਕਰੀਬ ਲੰਬੀ ਦੀਵਾਰ ਇੱਕਦਮ ਡਿੱਗ ਪਈ, ਜਿਸ ਕਾਰਨ ਇੱਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਨਾਲ ਤਕਰੀਬਨ 7 ਦੇ ਕਰੀਬ ਦੁਕਾਨਾਂ ਅਤੇ ਇੱਕ ਐਕਟਿਵਾ ਅਤੇ ਸਾਈਕਲ ਜੋ ਕਿ ਮਲਬੇ ਥੱਲੇ ਆਉਣ ਨਾਲ ਛਤੀਗ੍ਰਸਤ ਹੋ ਗਈਆਂ ਹਨ। ਇਸ ਮੌਕੇ ਮੌਜੂਦ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਵਿੱਚ ਬੈਠੇ ਸਨ ਕਿ ਅਚਾਨਕ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਦੀਵਾਰ ਦੇ ਮਲਬੇ ਥੱਲੇ ਆਉਣ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਕਈ 2 ਪਹੀਆ ਵਾਹਨ ਮਲਬੇ ਥੱਲੇ ਆ ਗਏ ਹਨ। ਗੌਰਤਲਬ ਹੈ ਕਿ ਇੱਥੇ ਹੀ ਕੁਝ ਅਜਿਹੀਆਂ ਪੁਰਾਣੀਆਂ ਇਮਾਰਤਾਂ ਵੀ ਹਨ ਜੋ ਪੂਰੀ ਤਰ੍ਹਾਂ ਨਾਲ ਝੱਜਰ ਹਾਲਤ ਵਿੱਚ ਹਨ, ਜਿਸ ਨਾਲ ਕਿਸੇ ਵੀ ਵਕਤ ਵੱਡਾ ਹਾਦਸਾ ਵਾਪਰ ਸਕਦਾ ਹੈ। ਪਰ ਪ੍ਰਸ਼ਾਸਨ ਹੈ ਕਿ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਿਹਾ। ਅੰਮ੍ਰਿਤਸਰ ਦਾ ਹਾਲ ਗੇਟ ਇਲਾਕਾ ਜੋ ਕਿ ਹੈਰੀਟੇਜ ਸਟਰੀਟ ਦੇ ਨਾਲ ਲੱਗਦਾ ਹੈ, ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਰਸਤੇ ਵਿੱਚ ਇਹਨਾਂ ਝੱਜਰ ਇਮਾਰਤਾਂ ਦਾ ਹੋਣਾ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਨਾਲ ਦੇਸ਼ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਵੀ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਹੁਣ ਇਸ ਹਾਦਸੇ ਤੋਂ ਕੀ ਸਬਕ ਲੈਂਦੀ ਹੈ। ਮੈਂ ਸ਼ਰਮ ਪ੍ਰਸਤਾ ਆਪਣੀ ਦੁਕਾਨ ਪਿੱਛੇ ਇੱਥੇ ਉੱਪਰੋਂ ਛੱਜਾ ਰਿਪੇਅਰ ਕਰਦੇ ਪਏ ਸੀ, ਕੁਛ ਕਰਦੇ ਪਏ ਸੀ, ਉਹ ਪਿੱਛੇ ਸਾਰਾ ਥੱਲੇ ਆ ਗਿਆ। ਇੱਕ ਬੰਦਾ ਥੱਲੇ ਆ, ਉੱਪਰੋਂ ਡਿੱਗਾ ਨਾਲ ਹੀ ਅਤੇ ਸਾਰਾ ਤੋੜਪਣ ਹੋ ਗਈ, ਬਚਾਅ ਹੋ ਗਿਆ, ਜਾਨੀ ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਇੱਕੋ ਬੰਦਾ ਹੀ ਫਟ। ਇਹ ਸਾਰੀ ਵਕਰ ਬੋਰਡ ਦੀ ਜਗ੍ਹਾ ਗਈ ਹੈ, ਗੱਡੀਆਂ ਗੁੱਡੀਆਂ ਕਾਫੀ ਟੁੱਟੀਆਂ ਲੋਕਾਂ ਦੀਆਂ, ਅਤੇ ਵਕਰ ਬੋਰਡ ਦੀ ਪ੍ਰੋਪਰਟੀ ਸਾਰੀ ਅਸੀਂ ਸਭ ਕਿਰਾਏਦਾਰ ਹੈਗੇ ਹਾਂ। ਅਤੇ ਕਿੰਨਾ ਨੁਕਸਾਨ ਹੈ? ਨੁਕਸਾਨ ਅੱਗੋਂ ਫਰੰਟ ਦਾ ਹੀ ਹੋਇਆ, ਪਿੱਛੋਂ ਓਕੇ ਗਈ ਜਗ੍ਹਾ ਸਾਰੀ। ਨਰਿੰਦਰ ਸਿੰਘ ਵਿੱਚ ਅੱਛਾ, ਉਹ ਤਾਂ ਬੰਨਾ ਡਿੱਗਿਆ, ਸੱਜਾ ਡਿੱਗਾ। ਮੇਰਾ ਨਾਮ ਨਰਿੰਦਰ ਸਿੰਘ ਹੈ ਜੀ, ਮੇਰੀ ਇੱਥੇ ਦੁਕਾਨ ਹੈਗੀ ਥੱਲੇ ਐਨ ਐਸ ਪ੍ਰਿੰਟਿੰਗ ਏਜੰਸੀ, ਅਤੇ ਉੱਪਰੋਂ ਛੱਜਾ ਡਿੱਗਾ ਵਾ ਅਤੇ ਥੱਲਿਓ ਬਚਾਅ ਵਾ ਥੋੜ੍ਹਾ ਜਿਹਾ, ਬਾਕੀ ਛੱਜਾ ਸਾਰਾ ਡਿੱਗਿਆ, ਬਾਹਰੋਂ 5-6 ਦੁਕਾਨਾਂ ਦਾ ਛੱਜਾ ਡਿੱਗਾ ਵਾ ਸਾਰਾ, ਜਾਲੀ ਮਾਲੀ ਇੱਕ ਬੰਦਾ ਫਟੜ ਹੋਇਆ ਵਾ, ਬਾਕੀ ਅੰਦਰੋਂ ਠੀਕ ਆ, ਬਾਹਰਲਾ ਛੱਜਾ ਸਾਰਾ ਡਿੱਗਾ ਵਾ। ਕਿਸ ਤਰ੍ਹਾਂ ਡਿੱਗਾ ਜੀ? ਇਹ ਪਤਾ ਨਹੀਂ ਭਾਅ ਜੀ ਕਿਸ ਤਰ੍ਹਾਂ ਡਿੱਗਾ ਜੀ। ਇਹ ਮਸਜਿਦ ਹੈ ਜੀ, ਸਾਰੀ ਸਾਰੀ ਮਸਜਿਦ ਦੀ ਪ੍ਰੋਪਰਟੀ ਹੈ ਜੀ। ਨੁਕਸਾਨ ਹੈਗਾ ਜਿਹੜਾ ਕਿ ਇੱਥੇ ਲਈ ਆਣ ਪਿਆ ਹੈਗਾ ਬਨੇਰਾ ਜਿਹੜਾ ਹਿੱਸਾ ਰਹੇ ਹਾਂਜੀ ਨੁਕਸਾਨ ਹੈਗਾ ਕਿ ਇੱਕ ਬੰਦੇ ਦਾ ਨੁਕਸਾਨ ਹੈਗਾ ਜਿਹੜਾ ਕਿ ਉਹ ਚੱਲ ਭੇਜਿਆ ਹੈਗਾ ਹੁਣ ਉਹਦਾ ਪਤਾ ਨਹੀਂ ਕਿ ਕੀ ਹਾਲਤ ਹੈ ਕੀ ਬਚਦਾ ਕਿ ਨਹੀਂ ਬਚਦਾ। ਅਤੇ ਬਾਕੀ ਮੈਨੂੰ ਐਜ਼ ਹੈਗੇ ਨੇ ਮੋਟਰਸਾਈਕਲ ਸਕੂਟਰ ਵਗੈਰਾ, ਇਹਨਾਂ ਦੇ ਨੁਕਸਾਨ ਹੋਏ ਨੇ ਕਿਉਂਕਿ ਕਈ ਜਾਨ ਮਲਬਾ ਸਾਰਾ ਆਣ ਪਿਆ ਹੈਗਾ। ਕਿੰਨਾ ਦੀ ਜਗ੍ਹਾ ਇਹ? ਵਕਫ ਬੋਰਡ ਦੀ ਜਗ੍ਹਾ ਹੈਗੀ ਸਾਰੀ, ਮਸੀਤ ਹੈਗੀ, ਜਿੱਥੇ ਅਸੀਂ ਲੋਕ ਕਿਰਾਏਦਾਰ ਹੈਗੇ ਹਾਂ ਵਕਫ ਬੋਰਡ ਦੇ। ਹਾਂਜੀ ਇਹ ਹੈਗਾ ਕਿ ਉੱਤੇ ਮਸੀਤ ਦਾ ਇਹ ਦੇਖਣਾ ਚਾਹੀਦਾ ਕਿ ਇਹ ਡਿੱਗਣ ਦਾ ਕਾਰਨ ਕੀ ਹੈਗਾ, ਕਿਉਂਕਿ ਇਹ 3 ਫੁੱਟ ਚੌੜੀ ਦੀਵਾਰ ਹੈਗੀ ਹੈ ਜਿਹੜੀ ਕਿ ਉੱਤੇ ਬਣੀ ਸੀ, ਉਹਨਾਂ ਦੇ ਆਪਣੇ ਆਪ ਡਿੱਗ ਨਹੀਂ ਸਕਦੇ ਹੈਗੇ, ਜਿੰਨੀ ਦੇਰ ਉਹਨੂੰ ਥੱਲਿਓ ਛੇੜਿਆ ਨਾ ਜਾਵੇ ਜਾਂ ਉਹਨੂੰ ਕੋਈ ਖਾਲੀ ਥੱਲਿਓ ਕੀਤਾ ਜਾਵੇ ਤਾਂ ਫਿਰ ਹੀ ਉਹ ਥੱਲੇ ਬੈਲੈਂਸ ਤੋਂ ਆਊਟ ਹੋ ਗਈ ਹੈ ਅਤੇ ਉਹ ਥੱਲੇ ਡਿੱਗ ਪਿਆ, ਸਾਰੇ ਤੋੜ ਤੱਕ ਛੱਜਾ ਡਿੱਗ ਪਿਆ ਹੈਗਾ ਬਨੇਰਾ ਜਿਹੜਾ ਹੈਗਾ। ਇਹ ਮਸਜਿਦ ਜਾਨ ਮੁਹੰਮਦ ਸੀਗੀ, ਇੱਥੇ 150 ਸਾਲ ਪੁਰਾਣੀ ਬਿਲਡਿੰਗ ਸੀਗੀ ਜੀ, ਇੱਕ ਦੀਵਾਰ ਡਿੱਗਣ ਕਰਕੇ ਜਿਹੜਾ ਹਾਦਸਾ ਹੋਇਆ ਵਾ ਔਰ ਇੱਕ ਮਜ਼ਦੂਰ ਜ਼ਖਮੀ ਹੋਇਆ ਜੀ ਉਹਦੇ ਵਿੱਚ। ਨੁਕਸਾਨ ਹਾਲੇ ਕਰਦੇ ਹਾਂ ਜੀ, ਇੱਕ ਮਜ਼ਦੂਰ ਜ਼ਖਮੀ ਹੋਇਆ ਜੀ। ਆਵਾਜ਼ ਏ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।